ਲੋ ਜੀ ਸ਼ੌਕ ਦਾ ਸ਼ੌਕ ਫਾਇਦਾ ਦਾ ਫਾਇਦਾ ਠੀਕ ਹੈ ਇੱਕ ਹੈ ਵਾਹਦ ਬਰੀਡ ਹੈ ਕਿ ਜਿਹੜਾ ਵਧਣ ਜ਼ਿਆਦਾ ਹੁੰਦਾ ਠੀਕ ਹੈ ਅਸਲਾਮ ਅਲੈਕਮ ਸਰ ਵਾਲੇਕੁਮ ਸਲਾਮ ਜੀ ਸਰ ਕੀ ਹਾਲ ਚਾਲ ਨੇ ਠੀਕ ਠਾਕ ਅੱਲਾ ਸ਼ੁਕਰ ਜੀ ਜਨਾਬ ਆਪਣਾ ਨਾਮ ਤੇ ਦੱਸਿਓ ਮੇਰਾ ਨਾਮ ਤਾਰਕ ਮਹਿਮੂਦ ਜੀ ਤਾਰਕ ਮਹਿਮੂਦ ਸਾਹਿਬ ਤੁਹਾਡੇ ਕੋਲ ਕਿੰਨੀਆਂ ਮੁਰਗੀਆਂ ਨੇ ਇਸ ਟਾਈਮ ਮੇਰੇ ਕੋਲ 34 ਪੀਸ ਨੇ ਜੀ ਟੋਟਲ 10 ਮੁਰਗੀਆਂ ਨੇ ਤਕਰੀਬਨ ਤੇ 24 ਮੁਰਗੀਆਂ ਮਾਸ਼ਾਅੱਲਾ ਸਰ ਕਿੰਨੀ ਦੇਰ ਹੋਈ ਇਹਨਾਂ ਲਿਆਂਦੇ ਆ ਤਕਰੀਬਨ 2-2.5 ਮਹੀਨੇ ਹੋ ਗਏ ਨੇ 2-2.5 ਮਹੀਨੇ ਸਰ ਕਿੱਥੋਂ ਤੁਹਾਨੂੰ ਸ਼ੌਕ ਪਿਆ ਮੁਰਗੀਆਂ ਰੱਖਣ ਦਾ ਸ਼ੌਕ ਤੇ ਮੈਨੂੰ ਕੋਈ ਨਹੀਂ ਹੈ ਮੇਰੇ ਇੱਕ ਯਾਰ ਦੋਸਤ ਸੀ ਉਹਨਾਂ ਕਿਹਾ ਜੀ ਇਹਦਾ ਨਵਾਂ ਟ੍ਰੈਂਡ ਆਇਆ ਦਾ ਲੈ ਆਓ ਅੱਛਾ ਬੜਾ ਪ੍ਰੋਫਿਟੇਬਲ ਕੰਮ ਹੈ ਠੀਕ ਹੈ ਅੱਛਾ ਚਲੋ ਅਸੀਂ ਲਿਆਂਦੀਆਂ ਮੁਰਗੀਆਂ ਸਰ ਕੋਈ ਸੱਚੇ ਟਾਈਮ ਨਹੀਂ ਹੁੰਦਾ ਉਹਨਾਂ ਨੂੰ ਇੱਕ ਵਾਰੀ ਇਹਨੂੰ ਸਵੇਰ ਦਾਣੇ ਪਾਣੇ ਪੈਂਦੇ ਨੇ ਪਾਣੀ ਪਾਣੇ ਇੱਕ ਵਾਰੀ ਸ਼ਾਮ ਨੂੰ ਠੀਕ ਹੈ ਇਹਨੀ ਤੁਹਾਡਾ ਬਿਜ਼ਨਸ ਸਹੀ ਹੋਰ ਹੈ ਕੋਈ ਸਾਡਾ ਬਿਜ਼ਨਸ ਨੱਟ ਦਾ ਤੇ ਹੈ ਤੇ ਅਸੀਂ ਫਾਲਤੂ ਟਾਈਮ ਤੇ ਨਸੀਆਂ ਵਾਲਾ ਕੰਮ ਕਰਦੇ ਹਾਂ ਅੱਛਾ ਯਾਨੀ ਤੁਹਾਡੇ ਕੋਲ ਕੇਅਰ ਨਹੀਂ ਹੋ ਰਹੀ ਇਹਨਾਂ ਦੀ ਟਾਈਮ ਨਹੀਂ ਆ ਸਰ ਠੀਕ ਹੋ ਗਿਆ ਅੱਛਾ ਸਰ ਸਾਨੂੰ ਇਹ ਦੱਸੋ ਕਿ ਤੁਹਾਡੀ ਜਿਹੜੀ ਮੁਰਗੀ ਹੈ ਦੀ ਉਮਰ ਕਿੰਨੀ ਹੈ ਇਸ ਟਾਈਮ ਉਮਰ ਤਕਰੀਬਨ 8 ਮਹੀਨੇ ਤੋਂ ਜ਼ਿਆਦਾ ਹੋਣੀ ਕਿਉਂਕਿ ਇਹਦਾ ਵਜ਼ਨ ਤਕਰੀਬਨ 2 ਕਿਲੋਗ੍ਰਾਮ 2 ਕਿਲੋ ਤੋਂ ਉੱਤੇ ਹੀ ਹੈ ਦੋ ਤੋਂ ਉੱਤੇ ਸਾਰੀਆਂ ਮੁਰਗੀਆਂ ਦੇ ਉੱਤੇ ਵੱਡੀਆਂ ਵੀ ਹਨ ਕਿ 3 ਵੀ ਸ਼ਾਇਦ ਹੋਣ ਉੱਤੇ ਠੀਕ ਹੋ ਸਹੀ ਵੱਡੀਆਂ ਨਾ ਹਾਂਜੀ ਨਜ਼ਰ ਆਉਂਦੀ ਵੀ ਨਾ ਭਿਆ ਤੁਸੀਂ ਠੀਕ ਹੋ ਗਿਆ ਸਰ 34 ਤੁਸੀਂ ਟੋਟਲ ਦੱਸੀਆਂ ਵਿੱਚੋਂ ਕਿੰਨੇ ਮੁਰਗੇ ਤੇ ਕਿੰਨੀਆਂ ਮੁਰਗੀਆਂ 24 ਮੁਰਗੀਆਂ ਨੇ ਤੇ ਤਕਰੀਬਨ 10 ਮੁਰਗੀਆਂ ਨੇ ਠੀਕ ਹੋ ਗਿਆ ਸਰ 24 ਦੀਆਂ 24 ਮੁਰਗੀਆਂ ਅੰਡੇ ਦੇ ਰਹੀਆਂ ਨੇ ਜਾਂ ਫਿਰ ਕੁਝ ਦੇ ਰਹੀਆਂ ਕੁਝ ਨਹੀਂ ਦੇ ਪਹਿਲੇ ਤਕਰੀਬਨ 16-17 ਦਿੰਦੀਆਂ ਸੀ ਉਹ ਸਰਦੀ ਆ ਗਈ ਤੇ ਤਕਰੀਬਨ 14-15 ਦੀ ਐਵਰੇਜ 14-15 ਦੀ ਐਵਰੇਜ ਆ ਗਈ ਹੈ ਠੀਕ ਹੋ ਗਿਆ ਅੱਛਾ ਸਰ ਇਹਨਾਂ ਦੀ ਫੀਡ ਦੀ ਰੁਟੀਨ ਦੱਸੋਗੇ ਕਿੰਨੀ ਕੁ ਫੀਡ ਹੈ ਇਹਨਾਂ ਨੂੰ ਫੀਡ ਇਸ ਟਾਈਮ ਤੇ ਸਰ ਮੈਂ ਪਾਉਂਦਾ ਪਿਆ ਜੇ 2.5-3 ਕਿਲੋ ਸਵੇਰ 2.5-3 ਕਿਲੋ ਸ਼ਾਮ ਨੂੰ ਫੀਲ ਕਰਦਾ ਅੱਛਾ ਤੇ ਵੈਕਸੀਨ ਵਗੈਰਾ ਤੇ ਨਹੀਂ ਇਹਨਾਂ ਦੀ ਕਰਦੇ ਪਏ ਤੁਸੀਂ ਹਾਂ ਕਰੀ ਗਏ ਮਹੀਨੇ ਬਾਅਦ ਨਹੀਂ ਜਦੋਂ ਕੋਈ ਮਸਲਾ ਵਗੈਰਾ ਹੋ ਜੇ ਨਾ ਜਦੋਂ ਫੀਡ ਲੈ ਕੇ ਆਏ ਜਾਣ ਠੀਕ ਉਹ ਦੱਸ ਦਿੰਦੇ ਨੇ ਕਿ ਜਨਾਬ ਇਹਨਾਂ ਨੂੰ ਵੈਕਸੀਨ ਦੀ ਜ਼ਰੂਰਤ ਹੈ ਇਹ ਵਾਲੀ ਇਹਨਾਂ ਦੇ ਦਿਓ ਠੀਕ ਹੋ ਗਿਆ ਹਾਂਜੀ ਅੱਛਾ ਸਰ ਤੁਸੀਂ ਦੱਸਿਆ ਕਿ ਪਹਿਲੇ 16-17 ਤੇ ਹੁਣ 14-15 ਦੇਣ ਲਈ ਹੈ ਹਾਂਜੀ ਇਹ ਆਪਣੀ ਖੁਰਾਕ ਜਿਹੜੀ ਇਹ ਖਾਂਦੀ ਹੈ ਨਾ ਉਹਦਾ ਖਰਚਾ ਪੂਰਾ ਕਰ ਜਾਂਦੀ ਹੈ ਮੁਰਗੀਆਂ ਤੁਹਾਡੇ ਖਿਆਲ ਨਾਲ ਹਾਂ ਖਰਚਾ ਪੂਰਾ ਕਰ ਜਾਂਦੀ ਖਰਚਾ ਪੂਰਾ ਕਰ ਜਾਂਦੀ ਹੈ ਜਦੋਂ ਅਗਰ 2.5-3 ਕਿਲੋ ਵੀ ਹੋਏ ਤਾਂ ਮਹੀਨੇ ਤਕਰੀਬਨ ਬਣ ਜਾਂਦੀ ਹੈ ਕੋਈ 8-9 ਹਜ਼ਾਰ ਤਕਰੀਬਨ ਬਣ ਜਾਂਦਾ ਖਰਚਾ ਅਗਰ ਅਸੀਂ ਇਹਦੇ ਅੰਡੇ ਵੀ ਸੇਲ ਕਰੀਏ ਤਾਂ ਤਕਰੀਬਨ ਮਹੀਨੇ ਦੇ ਅੰਡੇ ਆਦੇ ਤਕਰੀਬਨ 20,000-22,000 ਦੇ ਸੇਲ ਹੋ ਜਾਂਦੇ ਨੇ 50 ਰੁਪਏ ਦੇ ਹਿਸਾਬ ਨਾਲ ਹਾਂਜੀ 50 ਰੁਪਏ ਦੇ ਹਿਸਾਬ ਨਾਲ ਅੰਡਾ ਦੇ ਰਹੇ ਤੁਸੀਂ ਜੀ 50 ਰੁਪਏ ਦੇ ਹਿਸਾਬ ਨਾਲ ਅੱਛਾ ਹੁਣ ਤੁਸੀਂ ਇਹ ਮੁਰਗੀਆਂ ਵੇਚਣਾ ਚਾਹ ਰਹੇ ਹੋ ਹਾਂ ਮੈਂ ਵੇਚ ਰਹੀ ਹਾਂ ਟਾਈਮ ਹੀ ਨਹੀਂ ਹੁੰਦਾ ਸਾਡੇ ਕੋਲ ਅੱਛਾ ਯਾਨੀ ਸਿਰਫ ਤੁਸੀਂ ਇਸ ਵਜ੍ਹਾ ਤੋਂ ਦੇ ਰਹੇ ਹੋ ਕਿ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਹਾਂਜੀ 12,000 ਰੁਪਏ ਦੇ ਤਕਰੀਬਨ ਜੋ ਅਸੀਂ ਬਚਾ ਲੈਣੇ ਮਹੀਨੇ ਦਾ ਅਗਰ ਫੀਡ ਅਸੀਂ ਘੱਟ ਪਾਈ ਤੇ ਜ਼ਿਆਦਾ ਵੀ ਬਚਾ ਸਕਦੇ ਹਾਂ ਬਾਕੀ ਤੁਹਾਡੇ ਖਿਆਲ 'ਚ ਕਿਹੜਾ ਕਾਰੋਬਾਰ ਹੈ ਨਹੀਂ ਠੀਕ ਹੈ ਕਾਰੋਬਾਰ ਵਿਹਲੇ ਬੰਦੇ ਵਾਸਤੇ ਠੀਕ ਹੈ ਜਿਹੜੇ ਕਿਨਾਂ ਕੋਲ ਟਾਈਮ ਨਹੀਂ ਹੈ ਉਹਨਾਂ ਵਾਸਤੇ ਨਹੀਂ ਠੀਕ ਹੈ ਠੀਕ ਹੋ ਗਿਆ ਯਾਨੀ ਇਹਨੂੰ ਪ੍ਰੋਪਰ ਟਾਈਮ ਦੇਣਾ ਪੈਂਦਾ ਪ੍ਰੋਪਰ ਟਾਈਮ ਦੇਣਾ ਪੈਂਦਾ ਹਾਂਜੀ ਅੱਛਾ ਸਰ ਤੁਹਾਡੇ ਜਿਹੜੇ ਅੰਡੇ ਦੇ ਰਹੀਆਂ ਨੇ ਮੁਰਗੀਆਂ ਆਸਾਨੀ ਨਾਲ ਸੇਲ ਹੋ ਜਾਂਦੇ ਨੇ ਹਾਂ ਤਾਜਾ ਭਾਈ ਨੇ ਚੁਬਾਰੇ ਦੇ ਅੱਛਾ ਉਹਨਾਂ ਨੇ ਇਨਕੂਬੇਟਰ ਰੱਖੇ ਦਾ ਅੱਛਾ ਉਹਨਾਂ ਨੂੰ ਅਸੀਂ ਅੰਡੇ ਦਿੰਦੇ ਨੇ ਤੇ ਉਹ ਵਿੱਚੋਂ ਬੱਚਾ ਪੈਦਾ ਕਰਦੇ ਨੇ ਠੀਕ ਬੱਚਾ ਕਢਾ ਰਹੇ ਨੇ ਜੀ ਜੀ ਠੀਕ ਹੋ ਗਿਆ ਯਾਨੀ ਤੁਹਾਡੇ ਖਿਆਲ ਨਾਲ ਆਸਾਨੀ ਨਾਲ ਤੇ ਅਗਰ ਮੁਰਗੀ ਰੱਖ ਲੈਂਦਾ ਬੰਦਾ ਤੇ ਅੰਡੇ ਸੇਲ ਹੋ ਜਾਂਦੇ ਨੇ ਹਾਂ ਅੰਡੇ ਸੇਲ ਹੋ ਜਾਂਦੇ ਨੇ ਇਨਕੂਬੇਟਰ ਰੱਖੇ ਦਾ ਉਹਨਾਂ ਦਾ ਤਾਂ ਕੰਮ ਹੀ ਆ ਨਾ ਉਹ ਵਾਲੇ ਬੱਚੇ ਅੰਡੇ ਵਿੱਚੋਂ ਕੱਢਦੇ ਨੇ ਹਾਂਜੀ ਕਿੰਨੇ ਕੇ ਫੀਸਦ ਰਿਜ਼ਲਟ ਆ ਰਿਹਾ ਅੰਡੇ ਕਿੰਨੇ ਕੇ ਬੱਚੇ ਨਿਕਲ ਰਹੇ ਨੇ ਤਕਰੀਬਨ ਨਹੀਂ ਆਇਆ ਤੇ ਫਿਰ ਉਹਨਾਂ ਨੂੰ ਪਤਾ ਨਾ ਅਸੀਂ ਉਹਨਾਂ ਨੂੰ ਅੰਡੇ ਦਿੰਦੇ ਹਾਂ ਉਹਨਾਂ ਕੋਈ ਬੱਚੇ ਵੀ ਲੈਣੇ ਹੁਣ ਉਹਨਾਂ ਕੋ ਬੱਚੇ ਲਵਾਂਗੇ ਨਹੀਂ ਠੀਕ ਅੰਡੇ ਦਿੰਦੇ ਪਿਆ ਕੋਈ ਅੰਡੇ ਦੇ ਕੇ ਉਹਨਾਂ ਕੋ ਬੱਚੇ ਲਵਾਂਗੇ ਥੋੜੇ ਜਿਹੇ ਬੱਚੇ ਰੱਖ ਛੱਡਾਂਗੇ ਉਹਨਾਂ ਦੀ ਕੇਅਰ ਘੱਟ ਕਰਨੀ ਪੈਂਦੀ ਹੈ ਠੀਕ ਯਾਨੀ ਲਗਾਤਾਰ ਤੁਸੀਂ ਉਹਨਾਂ ਕੋ ਮਤਲਬ ਉਹਨਾਂ ਨੂੰ ਅੰਡੇ ਦੇ ਰਹੇ ਹੋ ਤੇ ਬੱਚੇ ਕਢਾ ਰਹੇ ਲਗਾਤਾਰ ਜਿੰਨੇ ਵੀ ਅੰਡੇ ਆਉਂਦੇ ਨੇ ਹਫਤੇ ਬਾਅਦ ਆਣ ਕੇ ਲੈ ਜਾਂਦਾ ਠੀਕ ਹੋ ਤੇ ਉਹਦੇ ਵਿੱਚੋਂ ਜਿੰਨੇ ਬੱਚੇ ਕਰਦਾ ਮੈਂ ਉਹਨਾਂ ਨੂੰ ਪੁੱਛਿਆ ਨਹੀਂ ਅੱਛਾ ਸਰ ਅੰਡੇ ਦਾ ਇਹਦਾ ਵਜ਼ਨ ਵਗੈਰਾ ਕਿੰਨਾ ਕਿ ਆ ਰਿਹਾ ਪਲਾ ਤੁਹਾਡੇ 50 ਗ੍ਰਾਮ ਦੇ ਉੱਤੇ ਉੱਤੇ ਹੀ 50 ਗ੍ਰਾਮ ਦੇ ਉੱਤੇ ਉੱਤੇ ਆ ਰਿਹਾ ਠੀਕ ਹੋ ਗਿਆ ਅੱਛਾ ਤਾਰਕ ਭਾਈ ਹੁਣ ਤੁਸੀਂ ਸਾਰੀਆਂ ਦੀ ਸਾਰੀਆਂ ਮੁਰਗੀਆਂ ਸੇਲ ਕਰਨਾ ਚਾਹ ਰਹੇ ਹੋ ਇਹ ਸਾਰੀਆਂ ਮੁਰਗੀਆਂ ਵਰਗੀਆਂ ਸੇਲ ਕਰ ਚੁੱਕੇ ਹਾਂ ਠੀਕ ਹੈ ਠੀਕ ਨਾਲ ਟਿੰਡਾ ਟੁੰਡਾ ਨਹੀਂ ਹੁੰਦੀਆਂ ਭਾਂਡੇ ਭੁੰਡੇ ਉਹ ਵੀ ਅਸੀਂ ਨਾਲ ਹੀ ਦੇ ਦਿੰਦੇ ਕਿਉਂਕਿ ਸਾਡੇ ਕੋਲ ਇੱਥੇ ਐਵੇਂ ਜਾਈ ਹੋ ਜਾਂਦੇ ਠੀਕ ਹੈ ਠੀਕ ਹੋ ਗਿਆ ਹਾਂਜੀ ਅੱਛਾ ਸਰ ਇਹਨਾਂ ਦਾ ਰੇਟ ਮਤਲਬ ਦੱਸ ਸਕਦੇ ਹੋ ਜਾਂ ਫਿਰ ਉਹਨੂੰ ਦੱਸੋਗੇ ਜਿਹੜਾ ਕਾਲ ਕਰੇਗਾ ਨਹੀਂ ਜਿਹੜੇ ਕਾਲ ਕਰਨਗੇ ਨਾ ਉਹ ਅਸੀਂ ਇਹ ਵੀਡੀਓ ਵਿੱਚ ਤੁਹਾਨੂੰ ਨੰਬਰ ਦਾਂਗੇ ਥੱਲੇ ਠੀਕ ਹੈ ਉਹ ਨੰਬਰ ਲੈ ਕੇ ਤੁਸੀਂ ਉੱਤੇ ਕਾਲ ਕਰੋਗੇ ਤੇ ਤੁਹਾਨੂੰ ਫਿਰ ਰੇਟ ਦੱਸਾਂ ਕਿਉਂਕਿ ਇਹ ਜਿਹੜੀ ਬਰੀਡ ਹਨ ਅਗਰ 2-2.5 ਮਹੀਨੇ ਹੋ ਗਏ ਮੈਂ ਬੜੇ ਪਾਲਾਂ ਨਾਲ ਬੜੇ ਸ਼ੌਕ ਨਾਲ ਪਾਲੀ ਹੈ ਠੀਕ ਹੈ ਠੀਕ ਹੋ ਗਿਆ ਮੈਂ ਨਾਲ ਫੀਡ ਦਾ ਤੇ ਇਹਨਾਂ ਦੀ ਕਸਰੀ ਕੋਈ ਨਹੀਂ ਛੱਡੀ ਠੀਕ ਹੈ ਠੀਕ ਹੋ ਗਿਆ ਤੇ ਸਰ ਕਾਰਗੋ ਦੀ ਸਹੂਲਤ ਦੇ ਸਕਦੇ ਹੋ ਕਿ ਇੱਥੇ ਕਾਰਗੋ ਨਹੀਂ ਇੱਥੇ ਜੇ ਨਾਣਾ ਤਸੱਲੀ ਨਾਲ ਵੇਖ ਕੇ ਆਣ ਕੇ ਲੈ ਜਾ ਹੁਣ ਜੇ ਸਾਡੇ ਕੋਲ ਟਾਈਮ ਹੋਏ ਤਾਂ ਫਿਰ ਅਸੀਂ ਆਪੇ ਨਾ ਪਾ ਲਈਏ ਅਸੀਂ ਕਾਰਗੋ ਦੇ ਭੇਜਣ ਜਾਣੇ ਮੈਂ ਨੇ ਇਹ ਸਾਰੀਆਂ ਮੁਰਗੀਆਂ ਸੇਲ ਕਰ ਦੇਣੀਆਂ ਨੇ ਠੀਕ ਹੈ ਅਗਰ ਕਿਸੇ ਨੇ ਜ਼ਰੂਰਤ ਹੈ ਭਾਈ ਨੂੰ ਠੀਕ ਹੈ ਅਸੀਂ ਕਿੰਗੜਾ ਮੋੜ ਸਿਆਲਕੋਟ ਦਸਰਵਾਲ ਦੇ ਨਜ਼ਦੀਕ ਰਹਿੰਦੇ ਹਾਂ ਇੱਥੇ ਆਣ ਕੇ ਤੇ ਜਨਾਬ ਆਪੇ ਤੁਸੀਂ ਲੈ ਸਕਦੇ ਹੋ ਠੀਕ ਹੈ ਆਪਣੀ ਨਜ਼ਰ ਅੱਖਾਂ ਦੇ ਨਾਲ ਠੀਕ ਹੈ ਠੀਕ ਹੋ ਜੇ ਤੁਹਾਨੂੰ ਪਹਿਲੀਆਂ ਲੱਗਣ ਤਾਂ ਤੁਸੀਂ ਇੱਥੇ ਛੱਡ ਕੇ ਜਾ ਸਕਦੇ ਹੋ ਬੰਦਸ਼ ਕੋਈ ਨਹੀਂ